ਤਾਂ ਹਰਜੋਤ ਸਿੰਘ ਬੈਂਸ ਹਰਜੋਤ ਬੈਂਸ ਹਰਜੋਤ ਬੈਂਸ ਨੇ ਹਰਜੋਤ ਬੈਂਸ ਬੀਜੇਪੀ ਦਸਤਾਰ ਉੱਤਰ ਗਈ ਹੈ ਹਰਜੋਤ ਬੈਂਸ ਹੋਰਾਂ ਦੀ ਦਸਤਾਰ ਉੱਤਰ ਗਈ ਹੈ ਔਰ ਜਿਸ ਤਰ੍ਹਾਂ ਦੀ ਤਸਵੀਰ ਬੀਜੇਪੀ ਦਫ਼ਤਰ ਤੱਕ ਪਹੁੰਚੇ ਨੇ ਹਰਜੋਤ ਬੈਂਸ ਹੋਣੀ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਰੋਕਿਆ ਗਿਆ ਹਰਜੋਤ ਬੈਂਸ ਨੂੰ ਸੱਟ ਲੱਗੀ ਹੈ ਹਰਜੋਤ ਬੈਂਸ ਨੂੰ ਸੱਟ ਲੱਗੀ ਹੈ ਦਸਤਾਰ ਉਤਰੀ ਹੈ ਸਿਰ ਤੇ ਸੱਟ ਲੱਗੀ ਹੈ ਆਪਣਾ ਸਿਰ ਫੜ ਕੇ ਬੈਠੇ ਨੇ ਸਿਰ ਤੇ ਸੱਟ ਲੱਗੀ ਹੈ ਜਿਸ ਤਰ੍ਹਾਂ ਨਜ਼ਰ ਆ ਰਿਹਾ ਤਾਂ ਤਸਵੀਰਾਂ ਕਿਸਾਨਾਂ ਦੇ ਲਈ ਜੀ ਜੋ ਤੱਕੇ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਕਸੂਰ ਇਹ ਹੈ ਪੰਜਾਬ ਦਾ ਮੈਂ ਆਮ ਆਦਮੀ ਪਾਰਟੀ ਦੇ ਨਾਤੇ ਨਹੀਂ ਹਰ ਕਿਸਾਨ ਦੇ ਵੱਲੋਂ ਬੋਲ ਰਿਹਾ ਸਾਡਾ ਪੰਜਾਬੀਆਂ ਦਾ ਕਸੂਰ ਇਹ ਹੈ ਕਿ ਅਸੀਂ ਕਿਸਾਨੀ ਅੰਦੋਲਨ ਲੜਿਆ ਦੇਸ਼ ਦੇ ਕਿਸਾਨਾਂ ਲਈ ਪੰਜਾਬ ਦੇ ਕਿਸਾਨ ਲੜੇ ਤੇ ਅੱਜ ਸਾਡੀ ਫਸਲ ਨਹੀਂ ਚੱਕੀ ਜਾ ਰਹੀ ਅੱਜ ਸਾਡੀ ਫਸਲ ਨਹੀਂ ਚੱਕੀ ਜਾ ਰਹੀ ਇਸ ਪੰਜਾਬ ਦੇ ਨਾਲ ਜਿਹੜਾ ਬਦਲਾ ਹੈ ਭਾਰਤੀ ਜਨਤਾ ਪਾਰਟੀ ਲੈਣਾ ਚਾਹੁੰਦੀ ਹੈ ਬਿਲਕੁਲ ਅਸੀਂ ਬਿਲਕੁਲ ਉਹਨਾਂ ਨੂੰ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋ ਦੇਵਾਂਗੇ ਇੱਕ ਇੱਕ ਜਦੋਂ ਤੱਕ ਇੱਕ ਇੱਕ ਜੀਰੀ ਦਾ ਇੱਕ ਇੱਕ ਦਾਣਾ ਇੱਕ ਇੱਕ ਕੰਨ ਨਹੀਂ ਚੱਕਿਆ ਜਾਂਦਾ ਸਾਡੀ ਲੜਾਈ ਰਹੂਗੀ ਜਿੰਨੀ ਮਰਜ਼ੀ ਵਾਰੀ ਕਰ ਲੈਣ ਫੇਰ ਆ ਕੇ ਬੈਠਾਂਗੇ ਮੈਨੂੰ ਮੇਰੇ ਸੱਟਾਂ ਦੀ ਪਰਵਾਹ ਨਹੀਂ ਹੈ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰੀ ਪੱਗ ਤੇ ਵਾਰ ਕੀਤਾ ਗਿਆ ਪੱਗ ਦੇ ਉੱਤੇ ਮਿੱਥ ਕੇ ਡੰਡੇ ਮਾਰੇ ਗਏ ਤੇ ਪਾਣੀ ਦੀ ਪਿਸ਼ਾਰਾ ਮਾਰੀਆਂ ਗਈਆਂ ਕਹਿੰਦੀ ਪੱਗ ਲਾਓ ਪੱਗ ਇਸ ਗੱਲ ਦਾ ਦੁੱਖ ਹੈ ਪਿੰਡੇ ਦੇ ਮਾਰ ਲੈਂਦੇ ਜਿੰਨਾ ਮਰਜ਼ੀ ਮਾਰੋ ਪਰ ਪੱਗ ਦੇ ਉੱਤੇ ਕਿਉਂ ਕਿ ਪਤਾ ਹੈ ਸਰਦਾਰਾਂ ਦੀ ਪੱਗਾਂ ਦੇ ਉੱਤੇ ਮਾਰੋ ਤੇ ਇਹੀ ਪੱਗਾਂ ਦੇ ਉੱਤੇ ਮਾਰ ਸਾਡੀ ਮੰਡੀਆਂ 'ਚ ਹੋ ਰਹੀ ਹੈ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਪ੍ਰਦਰਸ਼ਨ ਅੱਗੇ ਵੀ ਰੁਕ ਕਰੇਗਾ ਦਿੱਲੀ ਵੱਲ ਜਾ ਸਕਦੇ ਹੋ ਜਾਂ ਕੀ ਕਰੇਗਾ ਜੋ ਮਰਜ਼ੀ ਕਰਨਾ ਪਿਆ ਜਦੋਂ ਤੱਕ ਮੇਰੇ ਹਲਕੇ 'ਚ ਪੰਜਾਬ ਦੀ ਹਰ ਇੱਕ ਮੰਡੀ 'ਚ